इस महीने तकरीबन परदेसी सारे इंडिया जाने बारे सोचते हैं, तो जे तुसी भी इंडिया जाने बारे सोच रहे हो तो यह वीडियो थोड़े लाइक होगी। अनलिमिटेड किलोमीटर जिथे मर्जी लेके जाओ गड्डी, चाहे तुसी महाराष्ट्र निकल जाओ, चाहे कुल्लू निकल जाओ, बिल्कुल चाहे बंगाल नु चल जाओ, कितने भाजी कितने भी रुकना, कितने भी रुकना, चाहे इंग्लैंड का वीजा लेके उधर चल जाओ, तुहाडी शरदा भाजी। गड्डी दीआं चाबियां तुहानू मिल जाणियां, तुसी जिन्ना चिर मर्जी गड्डी चलाओ, जिन्नी मर्जी गड्डी चलाओ, जिथे मर्जी लैके जाओ, चाहे आप चला के लैके जाओ। ड्राइवर का कोई रैकड ना हो, क्रिमिनल रैकड ना हो, माल खाता पीता ना हो, फिर हायर करी जाए। हर गड्डी दे विच ट्रैकर लगे हुआ साडी, ਸਾਡੇ ਟਰੈਕਰ ਬਿਲਕੁਲ ਬਹੁਤ ਐਡਵਾਂਸ ਟਰੈਕਰ ਨੇ, ਅਸੀਂ ਲਿੰਕ ਸ਼ੇਅਰ ਕਰ ਦੇਣਾ, ਚਾਹੇ ਤੁਸੀਂ ਕੈਨੇਡਾ ਬੈਠੇ ਹੋ, ਚਾਹੇ ਜਰਮਨੀ ਬੈਠੇ ਹੋ, ਚਾਹੇ ਯੂਐਸਏ ਬੈਠੇ ਹੋ। ਅੱਛਾ, ਵੱਡੀਆਂ ਗੱਡੀਆਂ ਐਸਯੂਵੀ, ਵੱਡੀਆਂ ਦੇ ਵਿੱਚ ਆਪਣੇ ਕੋਲ ਸਕੋਰਪੀਓ ਕਲਾਸਿਕ, ਸਕੋਰਪੀਓ S11, ਸਕੋਰਪੀਓ N, ਫੋਰਚੂਨਰ 2023 ਮਾਡਲ ਐਂਡ ਲੈਜੈਂਡਰ। ਜੇ ਕਿਸੇ ਨੇ ਪੂਰੇ ਮਹੀਨੇ ਦੀ ਬੁਕਿੰਗ ਕਰਾਉਣੀ ਹੈ, ਫਿਰ ਜੇ ਪੂਰੇ ਮਹੀਨੇ ਦੀ ਬੁਕਿੰਗ ਤੇ ਆਪਾਂ ਡਿਸਕਾਊਂਟ ਦੇ ਦਾਂਗੇ 40,000 ਕਰ ਦਾਂਗੇ। ਅੱਛਾ, ਫਿਰ ਉਹਨੂੰ 5,000 ਰੁਪਇਆ ਬਚ ਜਾਏਗਾ ਜੇ ਪੂਰੇ ਮਹੀਨੇ ਦਾ ਕਰਾਉਂਦਾ। ਹਾਂਜੀ ਹਾਂਜੀ, ਤੇ ਜੇ ਕੋਈ 2 ਮਹੀਨੇ ਦਾ ਕਰਾ ਲੈਂਦਾ ਤਾਂ ਉਹ 5 ਹੋਰ ਛੱਡ ਦਾਂਗੇ ਆਪਾਂ। ਇਹ ਟੈਕਸੀ ਸਾਡੀਆਂ, ਉਹ ਸਾਰੀ ਟੈਕਸੀ ਦੀ ਵਾਈਫਾਈ ਵੀ ਪ੍ਰੋਵਾਈਡ ਕਰ ਰਹੇ ਹਾਂ, ਅਸੀਂ ਆਪਣੇ ਵੱਲੋਂ ਪੂਰਾ ਬੈਸਟ ਦੇ ਰਹੇ ਹਾਂ, ਕਸਟਮਰ ਨੂੰ ਵੀ ਪੂਰਾ ਕੰਫਰਟ ਲੈਵਲ ਮਿਲੇ, ਤਾਂ ਕਸਟਮਰ ਤਾਂ ਲੱਗੇ ਮੇਰੀ ਆਪ ਦੀ ਗੱਡੀ। ਮਹੀਨਾ ਨਵੰਬਰ ਚੜ੍ਹ ਚੱਲਿਆ, ਇਸ ਮਹੀਨੇ ਤਕਰੀਬਨ ਪਰਦੇਸੀ ਸਾਰੇ ਇੰਡੀਆ ਜਾਣ ਬਾਰੇ ਸੋਚਦੇ ਨੇ, ਅਤੇ ਜੇ ਤੁਸੀਂ ਵੀ ਇੰਡੀਆ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਾਈਕ ਹੋਏਗੀ। ਇੰਡੀਆ ਜਾਣ ਲੱਗਿਆਂ ਇੱਕ ਜਿਹੜੀ ਸਭ ਤੋਂ ਅਹਿਮ ਚੀਜ਼ ਹੁੰਦੀ ਹੈ ਕਿ ਬਈ ਉੱਥੇ ਜਾ ਕੇ ਗੱਡੀ ਕਿਹੜੀ ਚਲਾਉਣੀ ਆ। ਕੋਈ ਕਹਿੰਦਾ ਟੈਕਸੀ ਕਰ ਲਾਂਗੇ, ਕੋਈ ਸੋਚਦਾ ਕਿ ਮੈਂ ਨਵੀਂ ਕਢਾ ਲਾਂਗਾ, ਕੋਈ ਸੋਚਦਾ ਮੈਂ ਆਪਣੇ ਕਿਸੇ ਯਾਰ ਦੋਸਤ ਕੋਲ ਮੰਗ ਲਾਂਗਾ, ਪਰ ਤੁਹਾਨੂੰ ਇਹਨਾਂ ਵਿੱਚੋਂ ਕੁਛ ਕਰਨ ਦੀ ਲੋੜ ਨਹੀਂ। ਸ਼ਾਇਦ ਹੁਣ ਜਿਹੜੀ ਗੱਲ ਆਪਾਂ ਅੱਜ ਕਰਨੀ ਆ, ਇਸ ਤੋਂ ਬਾਅਦ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਗੱਡੀ ਦੀਆਂ ਚਾਬੀਆਂ ਤੁਹਾਨੂੰ ਮਿਲ ਜਾਣੀਆਂ, ਤੁਸੀਂ ਜਿੰਨਾ ਚਿਰ ਮਰਜ਼ੀ ਗੱਡੀ ਚਲਾਓ, ਜਿੰਨੀ ਮਰਜ਼ੀ ਗੱਡੀ ਚਲਾਓ, ਜਿੱਥੇ ਮਰਜ਼ੀ ਲੈ ਕੇ ਜਾਓ, ਚਾਹੇ ਆਪ ਚਲਾ ਕੇ ਲੈ ਕੇ ਜਾਓ, ਜੇ ਡਰਾਈਵਰ ਵੀ ਨਾਲ ਚਾਹੀਦਾ ਤਾਂ ਤੁਹਾਡੀ ਉਹ ਵੀ ਸਮੱਸਿਆ ਦਾ ਹੱਲ ਹੋਊਗਾ। ਸੋ ਇਹ ਵਿਆਹਾਂ ਦੇ ਸੀਜ਼ਨ 'ਚ ਇੰਡੀਆ ਜਾਣ ਬਾਰੇ ਸੋਚ ਰਹੇ ਹੋ ਅਤੇ ਤੁਸੀਂ ਆਪਣੇ ਸਮੇਤ ਪਰਿਵਾਰ ਇੱਕ ਸੇਫਟੀ ਦੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਇੱਕ ਰਿਲਾਇਬਿਲਟੀ ਚਾਹੀਦੀ ਹੈ, ਤਾਂ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਉਣੀ ਆ ਈਗਲ ਆਈ ਕਾਰ ਰੈਂਟਲ ਤੋਂ। ਸਾਡੇ ਨਾਲ ਮਨਰਾਜਦੀਪ ਸਿੰਘ ਹੁਣੀ ਨੇ, ਮੈਂ ਜੋਗਰਾਜ ਸਿੰਘ ਕਾਲੂ ਹਾਂ, ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਬਹੁਤ ਸਵਾਗਤ ਨਾਲ ਸਵਾਗਤ ਕਰਦੇ ਹਾਂ ਆਪਾਂ ਮਨਰਾਜ ਸਿੰਘ ਹੁਣਾਂ ਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਭਾਅ ਜੀ? ਬਹੁਤ ਵਧੀਆ ਜੀ। ਕਿਵੇਂ ਚੱਲ ਰਿਹਾ ਕੰਮ ਕਾਰ? ਸ਼ੁਕਰ ਹੈ ਜੀ ਪਰਮਾਤਮਾ ਦਾ, ਠੀਕ ਹੈ। ਹਾਂਜੀ, ਹੁਣ ਤੇ ਆਹ ਦਿਨ ਕਿਉਂਕਿ ਨਵੰਬਰ ਮਹੀਨਾ ਚੜ੍ਹ ਚੱਲਿਆ, ਹਾਂਜੀ, ਹੁਣ ਤੇ ਬੁਕਿੰਗਸ ਕਾਫੀ ਹੋ ਗਈਆਂ ਹੋਣੀਆਂ ਬਹੁਤ ਜ਼ਿਆਦਾ ਜੀ। 24 ਆਵਰ ਫੋਨ ਵੱਜ ਰਹੇ ਨੇ, ਚਾਹੇ ਕੈਨੇਡਾ ਚਾਹੇ ਇੰਡੀਆ, ਮਤਲਬ ਵਰਲਡ ਵਾਈਡ ਫੋਨ ਆ ਰਹੇ ਨੇ। ਸਾਨੂੰ ਥੋੜ੍ਹਾ ਜਿਹਾ ਆਪਣੇ ਕੰਮ ਬਾਰੇ ਦੱਸੋ, ਤੁਹਾਡਾ ਇਹ ਕੰਮ ਸਿਰਫ ਜਿਹੜੀ ਡਰਾਈਵਰਲੈਸ ਕਾਰ ਆ ਤੁਸੀਂ ਦੇ ਦਿੰਦੇ ਹੋ, ਮਤਲਬ ਤੁਸੀਂ ਆਪਣੇ ਸੈਲਫ ਡਰਾਈਵ ਕਰ ਸਕਦੇ ਹੋ ਕਿ ਜਾਂ ਡਰਾਈਵਰਸ ਵੀ ਨਾਲ ਤੁਸੀਂ ਦਿੰਦੇ ਹੋ, ਇਹ ਆਪਸ਼ਨਸ ਕੀ ਨੇ ਆਪਣੇ ਕੋਲ ਭਾਅ ਜੀ? ਸਾਡੇ ਕੋਲ ਭਾਅ ਜੀ ਦੋਨੇ ਆਪਸ਼ਨਸ ਹੈਗੀਆਂ ਨੇ, ਜੇ ਤੁਹਾਨੂੰ ਦਿੱਲੀ ਏਅਰਪੋਰਟ ਤੋਂ ਟੈਕਸੀ ਚਾਹੀਦੀ ਹੈ ਅਸੀਂ ਉਹ ਵੀ ਦਿੰਦੇ ਹਾਂ, ਪਲੱਸ ਜੇ ਤੁਹਾਨੂੰ ਸੈਲਫ ਆਪ ਚਲਾਉਣੀ ਗੱਡੀ ਉਹ ਵੀ ਦਿੰਦੇ ਹਾਂ, ਪਲੱਸ ਜੇ ਤੁਹਾਨੂੰ ਡਰ ਲੱਗਦਾ ਕਿ ਹਾਂ ਵੀ ਇੰਡੀਆ 'ਚ ਡਰਾਈਵਿੰਗ ਸਟੀਅਰਿੰਗ ਡਿਫਰੈਂਟ ਡਾਇਰੈਕਸ਼ਨ 'ਤੇ ਆ, ਤਾਂ ਅਸੀਂ ਡਰਾਈਵਰ ਵੀ ਨਾਲ ਪ੍ਰੋਵਾਈਡ ਕਰ ਦਿੰਦੇ ਹਾਂ। ਅੱਛਾ, ਹਾਂਜੀ, ਕਿਉਂਕਿ ਮੁੰਡੇ ਖੁੰਡੇ ਦੇ ਕਈ ਵਾਰੀ ਆਪ ਚਲਾਉਣੀ ਪਸੰਦ ਕਰਦੇ ਆ। ਹਾਂਜੀ ਹਾਂਜੀ ਹਾਂਜੀ, ਹੁਣ ਜਿਨ੍ਹਾਂ ਨੂੰ 5-7 10-12 ਹੋ ਜਾਂਦੇ ਨੇ, ਉਹਨਾਂ ਦੇ ਫਿਰ ਹੁੰਦਾ ਮਨ ਦੇ ਵਿੱਚ ਵੀ ਬਈ ਹੁਣ ਜਾ ਕੇ ਉੱਥੇ ਨਾ ਰਿਸਕ ਲਈਏ, ਕਿਉਂਕਿ ਇੱਕ ਪਾਸੇ ਦਾ ਭੁਲੇਖਾ ਪੈ ਜਾਣਾ, ਇੱਕ ਥੋੜਾ ਜਿਹਾ ਮਾਹੌਲ ਵੱਖਰਾ ਹੈ, ਡਰਾਈਵਿੰਗ ਦੇ ਕਾਇਦੇ ਕਾਨੂੰਨ ਵੱਖਰੇ ਨੇ, ਉਹਨਾਂ ਨੂੰ ਨਾਲ ਡਰਾਈਵਰ ਵੀ ਦਵਾ ਦਿੰਦੇ 100% ਜੀ, ਡਰਾਈਵਰ ਨਾਲ ਦਵਾਉਂਦੇ ਆ ਆਪਾਂ। ਕਿਹੜੀਆਂ ਕਿਹੜੀਆਂ ਗੱਡੀਆਂ ਨੇ ਆਪਣੇ ਕੋਲ? ਆਪਣੇ ਕੋਲ ਭਾਜੀ ਮਿਨੀਮਮ ਸ਼ੁਰੂ ਹੋਈ ਡਿਜ਼ਾਇਰ ਹੋ ਗਈ, ਫਿਰ ਉਸ ਤੋਂ ਬਾਅਦ ਬ੍ਰੀਜ਼ਾ, ਗ੍ਰੈਂਡ ਵਿਟਾਰਾ, ਥਾਰ ਹੋ ਗਈਆਂ, ਨਵੀਂ ਥਾਰ ਵੀ ਆ ਜਾਣੀ ਆਪਣੀ ਅਗਲੇ 5 ਡੋਰ ਜਿਹੜੀ ਹੈ, ਰੌਕਸ ਹੋ ਗਈ। ਵੱਡੀਆਂ ਗੱਡੀਆਂ ਐਸਯੂਵੀ, ਵੱਡੀਆਂ ਦੇ ਵਿੱਚ ਆਪਣੇ ਕੋਲ ਸਕੋਰਪੀਓ ਕਲਾਸਿਕ, ਸਕੋਰਪੀਓ S11, ਸਕੋਰਪੀਓ N, ਫੋਰਚੂਨਰ 2023 ਮਾਡਲ ਐਂਡ ਲੈਜੈਂਡਰ। ਅੱਛਾ, ਹਾਂਜੀ ਹਾਂਜੀ, ਦੇਖੋ ਗੱਡੀਆਂ ਦੇ ਸਾਰੀਆਂ ਮਨ ਪਸੰਦ ਨੇ, ਹਾਂਜੀ, ਫਿਰ ਬੰਦੇ ਦੇ ਧਿਆਨ 'ਚ ਹੁੰਦਾ ਕਿ ਬਈ ਹੁਣ ਪੈਸੇ ਕਿਹਦੇ ਕਿੰਨੇ ਆ। ਬਿਲਕੁਲ, ਪਹਿਲਾਂ ਤਾਂ ਆਪਾਂ ਸੈਲਫ ਡਰਾਈਵਿੰਗ ਜਿਹੜੀ ਅਸੀਂ ਕਾਰ ਖੁਦ ਚਲਾ ਸਕਦੇ ਹਾਂ, ਹਾਂਜੀ, ਉਹਦਾ ਕੀ ਰੇਟ ਆ? ਸਭ ਤੋਂ ਸਸਤੀ ਤੋਂ ਸਸਤੀ ਆਪਣੇ ਕੋਲ ਕਿੰਨੇ ਵਾਲੀ ਗੱਡੀ ਆ? ਪਰ ਡੇ ਦੇ ਹਿਸਾਬ ਨਾਲ ਚਾਰਜ ਹੁੰਦਾ ਇਹਦਾ? ਤੁਸੀਂ ਪਰ ਡੇ ਦੇ ਹਿਸਾਬ ਨਾਲ ਲਗਾਓਗੇ ਤਾਂ ਉਹ ਹੋ ਗਿਆ, ਪਲੱਸ ਮੰਥਲੀ ਪੈਕੇਜ ਆਪਣਾ ਅੱਡ ਹੁੰਦਾ। ਅੱਛਾ, ਮੰਥਲੀ ਅੱਡ। ਹਾਂਜੀ, ਸਭ ਤੋਂ ਛੋਟੀ ਗੱਡੀ ਕਿਹੜੀ ਆਪਣੇ ਕੋਲ? ਸਵਿਫਟ ਡਿਜ਼ਾਇਰ। ਅੱਛਾ, ਸਭ ਤੋਂ ਛੋਟੀ ਹੈ ਡਿਜ਼ਾਇਰ? ਹਾਂਜੀ ਹਾਂਜੀ, ਠੀਕ ਆ। ਤੇ ਡਿਜ਼ਾਇਰ ਦਾ ਰੋਜ਼ ਦਾ ਕਿੰਨਾ ਕਿਰਾਇਆ? 1500 ਰੁਪਏ ਪਰ ਡੇ ਦਾ ਜੀ। 1500 ਪਰ ਡੇ ਰੈਂਟ? ਹਾਂਜੀ ਹਾਂਜੀ। ਜੇ ਕਿਸੇ ਨੇ ਮਹੀਨਾ ਰਹਿਣਾ ਤੇ ਉਹਦਾ 45,000 ਹੋ ਗਿਆ। ਦੱਸ, ਹਾਂਜੀ 45,000। ਜੇ ਕਿਸੇ ਨੇ ਪੂਰੇ ਮਹੀਨੇ ਦੀ ਬੁਕਿੰਗ ਕਰਾਉਣੀ ਆ, ਫਿਰ ਜੇ ਪੂਰੇ ਮਹੀਨੇ ਦੀ ਬੁਕਿੰਗ ਤੇ ਆਪਾਂ ਡਿਸਕਾਊਂਟ ਦੇ ਦਾਂਗੇ 40,000 ਕਰ ਦਾਂਗੇ। ਅੱਛਾ, ਫਿਰ ਉਹਨੂੰ 5000 ਰੁਪਇਆ ਬਚ ਜਾਏਗਾ ਜੇ ਪੂਰੇ ਮਹੀਨੇ ਦਾ ਕਰਾਉਂਦਾ। ਹਾਂਜੀ ਹਾਂਜੀ। ਤੇ ਜੇ ਕੋਈ 2 ਮਹੀਨੇ ਦਾ ਕਰਾ ਲੈਂਦਾ ਤਾਂ ਉਹ 'ਚ 5 ਹੋਰ ਛੱਡ ਦਾਂਗੇ ਆਪਾਂ, ਫਿਰ ਟੋਟਲ ਮੰਨ ਲਓ 80 ਹੋ ਗਿਆ, ਫਿਰ 75 ਚ ਕਰ ਦੋ। ਹਾਂਜੀ ਹਾਂਜੀ, ਇਹ ਹੋ ਗਿਆ ਸੈਲਫ ਡਰਾਈਵਿੰਗ ਦਾ। ਹਾਂਜੀ ਹਾਂਜੀ, ਇਦਾਂ ਹੀ ਹੋਰ ਇਸ ਤੋਂ ਉੱਪਰ ਬ੍ਰੀਜ਼ਾ, ਹਾਈਲੈਂਡਰ, ਹਾਈ ਕ੍ਰਾਸ, ਹੋਰ ਕਿਹੜੀਆਂ ਕਿਹੜੀਆਂ ਗੱਡੀਆਂ? ਉਹਨਾਂ ਦੇ ਨੋਵਾ ਹਾਈ ਕ੍ਰਾਸ, ਇਨੋਵਾ ਕ੍ਰਿਸਟਾ। ਇਨੋਵਾ ਕ੍ਰਿਸਟਾ ਤੁਸੀਂ ਲੈਂਦੇ ਹੋ, ਆਪਕੋ ਬ੍ਰੈਂਡ ਨਿਊ, ਆਪਾਂ ਪਿਛਲੇ ਮਹੀਨੇ ਕਢਾਈ ਆ ਹਲੇ ਆਪਣੇ ਕੋਲ, ਤਾਂ ਉਹਦਾ 2024 ਮਾਡਲ ਸਤੰਬਰ ਕਢਾਈ ਆਪਾਂ। ਓਕੇ, 4000 ਪਰ ਡੇ ਹੈ।
4000 ਰੋਜ਼ ਦਾ। ਹਾਂਜੀ ਜੇ ਮਹੀਨਾ ਕਿਸੇ ਨੇ ਰਹਿਣਾ ਹੋ ਗਿਆ ਤੇ ਉਹ 1,20,000 ਉਹਦਾ। ਹਾਂਜੀ ਆਪਾਂ 1-10 ਨੂੰ ਦੇ ਦਾਂਗੇ ਆਪਾਂ। ਅੱਛਾ ਉਹਦਾ ਵੀ ਫਿਰ ਜੇ ਮਹੀਨਾ ਕਰਨਾ ਉਹਦਾ ਡਿਸਕਾਊਂਟ ਮਿਲ ਜੂ। ਹਾਂਜੀ ਹਾਂਜੀ। ਸੋ ਤੁਹਾਨੂੰ 3 ਕਿ ਦਿਨ ਗੱਡੀ ਉਸ ਹਿਸਾਬ ਨਾਲ ਮਹੀਨੇ 'ਚ ਫ੍ਰੀ ਮਿਲ ਜਾਂਦੀ ਹੈ। ਹਾਂਜੀ। ਤੇ ਇਹਦੇ ਵਿੱਚ ਭਾਜੀ ਕੁਝ ਕਿਲੋਮੀਟਰ ਦੀ ਲਿਮਿਟ ਹੁੰਦੀ ਹੈ ਕਿ ਤੁਸੀਂ ਇੰਨੇ ਕਿਲੋਮੀਟਰ ਪਰ ਡੇ ਚਲਾ ਸਕਦੇ ਹੋ ਜਾਂ ਮਹੀਨੇ ਦੇ? ਨਹੀਂ ਭਾਜੀ ਅਨਲਿਮਿਟਡ ਕਿਲੋਮੀਟਰ, ਜਿੱਥੇ ਮਰਜ਼ੀ ਲੈ ਕੇ ਜਾਓ ਗੱਡੀ ਅਨਲਿਮਿਟਡ। ਹਾਂਜੀ। ਚਾਹੇ ਤੁਸੀਂ ਮਹਾਰਾਸ਼ਟਰ ਨੂੰ ਨਿਕਲ ਜਾਓ, ਕਿਤੇ ਭਾਜੀ ਚਾਹੇ ਕੁੱਲੂ ਨੂੰ ਨਿਕਲ ਜਾਓ, ਬਿਲਕੁਲ ਭਾਜੀ, ਚਾਹੇ ਬੰਗਾਲ ਨੂੰ ਚਲ ਜਾਓ, ਕਿਤੇ ਭਾਜੀ ਕਿਤੇ ਨਹੀਂ ਰੁਕਣਾ, ਕਿਤੇ ਨਹੀਂ ਰੁਕਣਾ, ਚਾਹੇ ਇੰਗਲੈਂਡ ਦਾ ਵੀਜ਼ਾ ਲੈ ਕੇ ਉਧਰ ਨੂੰ ਚਲ ਜਾਓ, ਤੁਹਾਡੀ ਸ਼ਰਤ ਹੈ ਭਾਜੀ। ਸੋ ਤੁਸੀਂ ਮਹੀਨੇ 'ਚ ਜਾਂ ਉਹਨੇ ਮਿੱਥੇ ਸਮੇਂ 'ਚ ਵਾਪਸ ਆਉਣਾ ਹੈ ਨਾ? ਹਾਂਜੀ ਹਾਂਜੀ। ਓਕੇ ਭਾਜੀ, ਵੱਡੀਆਂ ਗੱਡੀਆਂ ਹੁਣ ਕਈਆਂ ਦੀ ਡਿਮਾਂਡ ਹੁੰਦੀ ਬਈ ਫੋਰਚੂਨਰ ਹੀ ਲੈਣੀ ਆ, ਇਨੋਵਾ ਹੀ ਲੈਣੀ ਆ, ਉਹ ਵੀ ਆਪਣੇ ਕੋਲ ਅਵੇਲੇਬਲ ਨੇ 100%। ਸਭ ਤੋਂ ਹਾਈ ਡਿਮਾਂਡ ਕਿਹੜੀ ਗੱਡੀਆਂ ਦੀ ਭਾਈ? ਫੋਰਚੂਨਰ ਐਂਡ ਸਕੋਰਪੀਓ। ਇਹ ਮੁੰਡੇ ਖੁੰਡੇ ਹੀ ਲੈਂਦੇ ਹੁੰਦੇ ਨਾ ਉਹਦੀਆਂ? ਮੁੰਡੇ ਖੁੰਡੇ ਬਹੁਤ ਲੈਂਦੇ ਭਾਈ, ਸਾਨੂੰ 90% ਫੋਨ ਹੀ ਇਹਦੇ ਲਈ ਆਉਂਦੇ ਨੇ, ਫੋਰਚੂਨਰ ਸਕੋਰਪੀਓ। ਸਕੋਰਪੀਓ ਲਈ? ਹਾਂਜੀ। ਤੇ ਇਹਦੀ ਹੁਣ ਜੇ ਮੰਨ ਲਓ ਡਰਾਈਵਰ ਵਾਲੀ, ਹੁਣ ਕਿਉਂਕਿ ਇੱਕ ਬਜ਼ੁਰਗ ਵੀ ਆਪਾਂ ਬਹੁਤ ਜਾਂਦੇ, ਕਈਆਂ ਨੇ ਆਪਣੇ ਇਕੱਲੇ ਪੇਰੈਂਟਸ ਨੂੰ ਭੇਜਣਾ ਹੁੰਦਾ ਆ, ਉਹ ਆਪ ਕੈਨੇਡਾ 'ਚ ਰਹਿੰਦੇ ਨੇ ਤੇ ਉਹਨਾਂ ਦੇ ਪੇਰੈਂਟਸ ਜਾ ਰਹੇ ਹੁੰਦੇ, ਉਹਨਾਂ ਨੂੰ ਹੁੰਦਾ ਕਿ ਬਈ ਉਹਨਾਂ ਨੂੰ ਹੁਣ ਨਾਲ ਡਰਾਈਵਰ ਵੀ ਮਿਲੇ, ਨਾਲ ਸੇਫਟੀ ਸਿਕਿਉਰਿਟੀ, ਉਹਦਾ ਤੁਸੀਂ ਕਿੱਦਾਂ ਇਕਰਾਰ ਕਰਦੇ ਹੋ ਕਿ ਬਈ ਤੁਸੀਂ ਸੇਫ ਐਂਡ ਸਿਕਿਉਰ ਹੋਊਗੇ ਜੇ ਅਸੀਂ ਤੁਹਾਨੂੰ ਡਰਾਈਵਰ ਦੇਵਾਂਗੇ ਨਾਲ? ਓਕੇ, ਸਾਡੇ ਜਿੰਨੇ ਵੀ ਡਰਾਈਵਰ ਨੇ, ਪਹਿਲਾਂ ਤਾਂ ਭਾਜੀ ਸਾਰੇ ਪੂਰੇ ਵੈਰੀਫਾਈਡ ਨੇ, ਅਸੀਂ ਡਰਾਈਵਰ ਦੀ ਪੁਲਿਸ ਕਲੀਅਰੈਂਸ ਕਰਾਉਂਦੇ ਹਾਂ ਸਟੇਸ਼ਨ ਤੋਂ ਲੋਕਲ, ਤਾਂ ਉਹ ਮੇਕ ਸ਼ੋਰ ਕਰਦੇ ਹਾਂ ਕਿ ਡਰਾਈਵਰ ਦਾ ਕੋਈ ਰੈਕਰਡ ਨਾ ਹੋਵੇ, ਕ੍ਰਿਮੀਨਲ ਰੈਕਰਡ ਨਾ ਹੋਵੇ, ਕੋਈ ਮਾਲ ਖਾਂਦਾ ਪੀਂਦਾ ਨਾ ਹੋਵੇ, ਅਸੀਂ ਫਿਰ ਹਾਇਰ ਕਰੀਦਾ। ਓਕੇ, ਇਹ ਸਾਡੀ ਇੰਸ਼ੋਰਿਟੀ ਹੈ। ਠੀਕ ਹੈ। ਦੂਜੀ ਗੱਲ, ਸਾਡੀ ਜਿਹੜੀ ਇੰਸ਼ੋਰੈਂਸ ਹੈ ਉਹ ਕਮਰਸ਼ੀਅਲ ਇੰਸ਼ੋਰੈਂਸ ਹੈ। ਓਕੇ, ਤੁਸੀਂ ਮੋਸਟਲੀ ਦੇਖੋਗੇ ਸੈਲਫ ਡਰਾਈਵ ਦੇ ਵਿੱਚ ਇੰਸ਼ੋਰੈਂਸ ਅਲੱਗ ਤੋਂ ਬਾਈ ਪੇ ਕਰਨੀ ਪੈਂਦੀ ਹੈ, ਬਟ ਸਾਡੀ ਇੰਸ਼ੋਰੈਂਸ ਵਿੱਚ ਹੀ ਹੈ, ਉਹ ਕਮਰਸ਼ੀਅਲ ਇੰਸ਼ੋਰੈਂਸ ਵਿੱਚ ਕਵਰਸ ਕਲਾਇੰਟ ਫੁੱਲੀ। ਓਕੇ, ਉਹ ਕਲਾਇੰਟ ਨੂੰ ਫੁੱਲੀ ਕਵਰ ਕਰਦੀ ਹੈ। ਓਕੇ, ਐਂਡ ਮੋਰ ਓਵਰ ਬਾਕੀ ਡਰਾਈਵਰ ਦਾ ਐਡਰੈਸ, ਆਧਾਰ ਕਾਰਡ ਪ੍ਰੂਫ ਸਾਰੇ ਨਾਲ ਦੇ ਦੇ ਕਸਟਮਰ ਨੂੰ, ਤਾਂ ਕਿ ਇਨ ਕੇਸ ਕਸਟਮਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਉਹਨੂੰ ਉਹ ਸਾਰਾ ਕੁਝ ਉਹਦਾ ਡਾਟਾ ਹੈਗਾ। ਸਪੋਜ਼ ਕਰ ਲਓ ਕਸਟਮਰ ਹੁਣ ਕੈਨੇਡਾ ਤੋਂ ਚੱਲਿਆ, ਉਹਨੇ ਬੁਕਿੰਗ ਕਰਾ ਲਈ ਤੁਹਾਡੇ ਕੋਲ, ਉਹਨੂੰ ਪਹਿਲਾਂ ਡਿਟੇਲ ਸਾਰੀਆਂ ਸਾਂਝੀਆਂ ਕਰ ਦੋਗੇ? 100%। ਉਹ ਡਰਾਈਵਰ ਦਾ ਨਾਮ, ਫੋਨ ਨੰਬਰ, ਗੱਡੀ ਦਾ ਪਲੇਟ ਨੰਬਰ, ਕਿਹੜੀ ਗੱਡੀ ਆ, ਇਕੱਲੀ ਇਕੱਲੀ ਚੀਜ਼ ਕਸਟਮਰ ਨੂੰ ਅਸੀਂ ਮੈਸੇਜ ਦੱਸਾਂਗੇ। ਤੇ ਪਰਿਵਾਰ ਜਿਹੜਾ ਇੱਥੇ ਪਿੱਛੇ ਬੈਠਾ ਹੈ ਉਹਨੂੰ ਕੋਈ ਟਰੈਕਰ ਸਿਸਟਮ ਵੀ ਦਿਓਗੇ ਨਾਲ, ਤਾਂ ਕਿ ਉਹ ਬੰਦਾ ਧਿਆਨ ਰੱਖ ਸਕੇ? ਹਰ ਗੱਡੀ ਦੇ ਵਿੱਚ ਟਰੈਕਰ ਲੱਗਿਆ ਹੋਇਆ ਸਾਡੀ, ਸਾਡੇ ਟਰੈਕਰ ਬਿਲਕੁਲ ਬਹੁਤ ਐਡਵਾਂਸ ਟਰੈਕਰਸ ਨੇ, ਅਸੀਂ ਲਿੰਕ ਸ਼ੇਅਰ ਕਰ ਦੇਣਾ, ਚਾਹੇ ਤੁਸੀਂ ਕੈਨੇਡਾ ਬੈਠੇ ਹੋ, ਚਾਹੇ ਜਰਮਨੀ ਬੈਠੇ ਹੋ, ਚਾਹੇ ਯੂਐਸਏ ਬੈਠੇ ਹੋ। ਅੱਛਾ, ਤੁਸੀਂ ਉੱਥੇ ਬੈਠੇ ਗੱਡੀ ਟਰੈਕ ਕਰ ਸਕਦੇ, ਗੱਡੀ ਕਿੱਥੇ ਕਿੱਥੇ ਸਟਾਪ ਮਾਰ ਰਹੀ ਹੈ, ਕਿੰਨੀ ਵਾਰ ਸਟਾਪ ਮਾਰ ਰਹੀ ਹੈ, ਕਿਉਂਕਿ ਮੰਨ ਲਓ ਕਿਸੇ ਦੇ ਸਿਰਫ ਪੇਰੈਂਟਸ ਚੱਲੇ ਨੇ, ਬੰਦੇ ਕੋਲ ਆਪ ਕਿਸੇ ਕਾਰਨਾਂ ਕਰਕੇ ਨਹੀਂ ਜਾਇਆ ਜਾ ਰਿਹਾ, ਤੇ ਇੱਥੋਂ ਬੈਠਾ ਟਰੈਕ ਕਰ ਸਕਦਾ ਕਿ ਗੱਡੀ ਕਿੱਥੇ ਆ, ਘਰਦੇ ਕਿੱਥੇ ਨੇ, ਜਾਂ ਕਈ ਵਾਰੀ ਤੁਹਾਨੂੰ ਫਿਕਰ ਹੀ ਹੁੰਦੀ ਹੈ, ਟੈਨਸ਼ਨ ਹੀ ਹੁੰਦੀ ਹੈ ਦੀ, ਸੋ ਤੁਸੀਂ ਆਪਣਾ ਮਾਹੌਲ ਚਾਲ ਜਿਹੜਾ ਉੱਥੇ ਦੇਖ ਸਕਦੇ ਹੋ, ਜੇ ਫੋਨ ਨਹੀਂ ਵੀ ਲੱਗ ਰਿਹਾ ਤੁਹਾਡੇ ਟਰੈਕਰ ਤੇ ਕੰਮ ਕਰ ਰਿਹਾ ਨਾ, ਬਿਲਕੁਲ। ਨਾਲ ਦੂਜੀ ਗੱਲ, ਸਾਡੇ ਡੈਸ਼ ਕੈਮ ਵੀ ਲੱਗੇ ਗੱਡੀਆਂ ਦੇ ਵਿੱਚ। ਅੱਛਾ, ਉਹ ਡੈਸ਼ ਕੈਮ ਵੌਇਸ ਵਾਲੇ ਨੇ, ਤਾਂ ਕਿ ਜੇ ਅਸੀਂ ਬੋਲਣਾ ਚਾਹੀਏ ਐਡਮਿਨ ਕੋਲੋਂ, ਅਸੀਂ ਵੀ ਬੋਲ ਕੇ ਦੱਸ ਸਕਦੇ ਹਾਂ ਉਹਨਾਂ ਨੂੰ। ਅੱਛਾ, ਤੁਸੀਂ ਇੱਥੋਂ ਵੀ ਸਨੇਹਾ ਗੱਡੀ ਚਲਾ ਸਕਦੇ? ਹਾਂਜੀ ਹਾਂਜੀ। ਇਹ ਸੈਲਫ ਡਰਾਈਵਿੰਗ ਗੱਡੀਆਂ 'ਚ ਵੀ ਨੇ? ਸੈਲਫ ਨਹੀਂ ਸਰ, ਟੈਕਸੀ ਦੇ ਵਿੱਚ। ਟੈਕਸੀ ਦੇ ਵਿੱਚ, ਜਿੱਥੇ ਨਾਲ ਡਰਾਈਵਰ? ਹਾਂਜੀ, ਸੈਲਫ ਦੇ ਵੀ ਡੈਸ਼ ਕੈਮ ਲੱਗੇ ਹੋਏ ਨੇ, ਪਰ ਨੋਰਮਲ ਡੈਸ਼ ਕੈਮ। ਡਰਾਈਵਰ ਦਾ ਫਿਰ ਜੇ ਕਿਸੇ ਨੇ ਮੰਨ ਲਓ ਮਹੀਨੇ ਕੇ ਲਈ ਕਾਰ ਵੀ ਰੱਖਣੀ ਆ, ਨਾਲ ਡਰਾਈਵਰ ਵੀ ਰੱਖਣਾ, ਹਾਂਜੀ, ਉਹਦੀ ਕਾਸਟ ਕੀ ਹੋਊਗੀ ਫਿਰ? ਭਾਜੀ ਜੋ ਕਾਰ ਦਾ ਰੈਂਟ ਹੈ ਪਲੱਸ 500 ਰੁਪਏ ਪਰ ਡੇ ਦਾ ਡਰਾਈਵਰ ਦਾ ਅਲੱਗ ਤੋਂ ਲੱਗਦਾ, ਉਹ ਨਾਲ ਮਹੀਨਾ ਪੂਰਾ ਤੁਹਾਡੇ ਨਾਲ ਹੀ ਰਹੇਗਾ? ਪੂਰਾ ਮਹੀਨਾ ਰਹੋ, ਉੱਥੇ ਰਹੋ ਜਿੱਥੇ ਤੁਸੀਂ ਰਹੋਗੇ। ਅੱਛਾ, ਇਦਾਂ ਨਹੀਂ ਵੀ ਉਹਨੇ 2 ਦਿਨ ਕਿਤੇ ਹੋਰ ਜਾਊਗਾ? ਨਹੀਂ ਜੀ ਨਹੀਂ ਜੀ, ਪੱਕਾ ਤੁਹਾਡੇ ਨਾਲ ਪੱਕਾ ਰਹੇਗਾ। ਡਰਾਈਵਰ ਦੀ ਗਾਰੰਟੀ ਤੁਹਾਡੀ ਆ ਵੀ ਉਹ ਚੰਗਾ ਬੰਦਾ ਹੋਊਗਾ? 200% ਜੀ, ਉਹ ਡਰਾਈਵਰ ਪੂਰੀ ਯੂਨੀਫਾਰਮ ਡਰਾਈਵਰ ਹੋਊਗਾ, ਇਦਾਂ ਨਹੀਂ ਕਿ ਕੋਈ ਆਮ ਹੋ ਗਿਆ, ਪ੍ਰੋਪਰ ਯੂਨੀਫਾਰਮ ਡਰਾਈਵਰ ਹੋਊਗਾ। ਕਮਾਲ ਆ ਨਾ, ਤੁਹਾਨੂੰ ਡੈਸ਼ ਕੈਮ ਲੱਗਿਆ ਮਿਲਣਾ, ਤੁਹਾਨੂੰ ਟਰੈਕਰ ਲੱਗਿਆ ਮਿਲਣਾ, ਤੁਹਾਨੂੰ ਡਰਾਈਵਰ ਦੀ ਗਾਰੰਟੀ ਮਿਲ ਜਾਣੀ ਆ, ਸੋ ਸਾਰਾ ਕੁਛ ਤੁਸੀਂ ਇੱਥੇ ਬੈਠਿਆਂ। ਬੱਚੇ ਵੀ ਕਈ ਵਾਰੀ ਇਕੱਲੇ ਜਾਂਦੇ ਨੇ ਕਿਸੇ ਦੇ, ਆਪ ਇੱਥੇ ਹੁੰਦੇ ਨੇ, ਕਈ ਵਾਰੀ ਕਿਸੇ ਦੇ ਬਜ਼ੁਰਗ ਇਕੱਲੇ ਜਾਂਦੇ ਨੇ, ਜੇ ਤੁਸੀਂ ਆਪ ਵੀ ਜਾਣਾ ਹੋਏ ਤਾਂ ਫਿਰ ਵੀ ਤੁਹਾਡੀ ਸੇਫਟੀ ਦਾ ਹਰ ਇੱਕ ਬੰਦੇ ਦਾ ਕੰਸਰਨ ਹੈਗਾ ਹੀ ਆ। ਮਨਾਰੇ ਭਾਜੀ, ਫਿਰ ਹੁਣ ਗੱਲ ਆ ਕਿ ਬੁਕਿੰਗ ਕਿੱਦਾਂ ਕਰਾਉਣੀ ਇਹਦੀ? ਹਾਂਜੀ, ਉਹਦੇ ਲਈ ਤੁਹਾਨੂੰ ਫੋਨ ਕਰਨਾ ਪਊਗਾ ਬੁਕਿੰਗ ਲਈ, ਜਾਂ ਕੀ ਪ੍ਰੋਸੀਜਰ ਤੁਸੀਂ ਰੱਖਿਆ? ਭਾਜੀ ਹਾਂਜੀ, ਰਾਈਟ ਨਾਓ ਆਪਣਾ ਫੋਨ ਅਵੇਲੇਬਲ ਹੈ 24/7। ਓਕੇ, ਐਂਡ ਆਪਣੀ ਐਪ ਆਲਮੋਸਟ ਰੈਡੀ ਹੈ, ਲਾਈਵ ਹੋ ਜਾਂਦੀ ਹੈ 1-2 ਦਿਨ ਦੇ ਵਿੱਚ ਵਿੱਚ। ਓਕੇ, ਤੁਸੀਂ ਐਪ ਤੋਂ ਡਾਇਰੈਕਟ ਬੁਕਿੰਗ ਕਰ ਸਕਦੇ ਹੋ। ਕੀ ਨਾਮ ਹੋਏਗਾ ਐਪ ਦਾ? ਈਗਲ ਆਈ ਕਾਰ ਰੈਂਟਲ। ਤੇ ਹੁਣ ਵੈਬਸਾਈਟ ਦਾ ਵੀ ਨਾਮ eaglei-car-rentals.com। ਤੁਹਾਡੇ ਫੋਨ ਨੰਬਰਸ ਕੀ ਨੇ? 7788991576, 7782078100 ਇਹ ਕੈਨੇਡਾ ਦਾ ਨੰਬਰ ਹੈ। ਓਕੇ, ਜੇ ਇੰਡੀਆ ਤੋਂ ਬੁਕਿੰਗ ਕਰਾਉਣੀ ਹੈ 7717502848। ਚਲੋ, ਸਕਰੀਨ ਦੇ ਉੱਤੇ ਨਾਲ ਨੰਬਰਸ ਤੇ ਤੁਹਾਡੇ ਡਿਸਪਲੇ ਹੋ ਹੀ ਰਹੇ ਨੇ। ਹਾਂਜੀ, ਬੁਕਿੰਗ ਸਾਰੀ ਫਿਰ ਉੱਥੋਂ ਤੁਸੀਂ ਕੀ ਪ੍ਰੈਫਰ ਕਰਦੇ ਹੋ, ਵੈਬਸਾਈਟ ਤੇ ਕਰਾਓ ਕਿ ਫੋਨ ਕੀਤਾ ਜਾਏ ਤੁਹਾਨੂੰ? ਜੇ ਫੋਨ ਕਰ ਲਓ ਅਸੀਂ ਤੁਹਾਨੂੰ ਡਿਟੇਲ ਚ ਇਨਫੋਰਮੇਸ਼ਨ ਦੇ ਸਕਦੇ ਹਾਂ, ਤੁਹਾਨੂੰ ਕੋਈ ਕੋਈ ਕੁਐਸਚਨ ਹੈ, ਕੋਈ ਕੁਐਰੀ ਹੈ, ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਸਕਦੇ ਹਾਂ ਤੁਹਾਨੂੰ। ਫਿਰ ਹੁੰਦਾ ਕਿ
फोन सीधा कई बार लगता नहीं होंगे साढ़े को इंटरनेट जे चल जाए तो वधिया कई बार अगले बंदे को इंटरनेट नहीं चल रहा होंगे सो तुसी ट्रैकर के जरिए भी देख सकते हो कि गड्डी थोड़ी एयरपोर्ट दियाँ जिहड़ियां हद्दां ने उन्हां दे विच आ कि जां किते बाहर अजे आ सो सारा ट्रैक जिहड़ा रखिया जा सकदा बिल्कुल। एंड कल तुहानूं एक चीज मैं होर ऐड करना चाहुंदा सॉरी ये टैक्सीज साडियां ओह सारी टैक्सीज दे वाईफाई भी प्रोवाइड कर रहे आ। अच्छा विद इन टैक्सीज वाईफाई? हां जी हां जी जिथे जिथे कुछ थोड़ा बहुत सिस्टम सेट होया चलता जी फिर पहले कस्टमर कस्टमर बहुत ड्राइवर ने पहले चाह पानी वॉशरूम लिए जो दस दो जिते रुकना हो जिते कस्टमर कहेगा उत्थे रुकेंगे जिते ड्राइवर कहेगा उत्थे नहीं उत्थे नहीं जी। ओके हां साडा तां कोई सिस्टम नहीं हैगा कस्टमर सेफ्टी इज आवर प्रायोरिटी। ते टोल्स वगैरह ओ किद्दां फिर पे सारे इंक्लूड हुंदे भाई फेयर दे विच ओ सारे जो तुसी लेना ओ पार्किंग एवरीथिंग सब इंक्लूड हुंदा भाई। ते ਜਿਹੜੀ ਆ ਸੈਲਫ ਰਾਈਡ ਵਾਲੀ ਕਾਰ ਆ ਹਾਂਜੀ ਹਾਂਜੀ ਉਹਦੀ ਪੇਮੈਂਟ ਫਿਰ ਐਡਵਾਂਸ ਲੈਂਦੇ ਹੋ ਸਾਰੀ? ਉਹਦੀ ਪੇਮੈਂਟ ਐਡਵਾਂਸ ਹੁੰਦੀ ਆ ਹਾਂਜੀ। ਤੇ ਜਿਹੜੀ ਦੂਸਰੀ ਆ ਜੇ ਮੰਨ ਲਓ ਕਿਸੇ ਨੇ ਟੈਕਸੀ ਉਦਾਂ ਬੁੱਕ ਕਰਨੀ ਆ ਭਾਈ ਟੈਕਸੀ ਬੁੱਕ ਕਰੋ ਦਿੱਲੀ ਏਅਰਪੋਰਟ ਜੋ ਘਰੇ ਪਹੁੰਚ ਜਾਓਗੇ ਤਾਂ ਤਸੱਲੀ ਹੋਗੀ ਫਿਰ ਪੈਸੇ ਦਿਓ ਉੱਥੇ ਜਾ ਕੇ ਪੇਮੈਂਟ ਕਰੋ ਘਰੇ ਪਹੁੰਚ ਕੇ। ਹਾਂਜੀ ਪਹਿਲੇ ਦਸਤੇ ਵਿੱਚ ਪਹਿਲੇ ਕੋਈ ਪੈਸੇ ਨਹੀਂ ਮੰਗਦੇ ਤੁਹਾਨੂੰ ਆਪਣੀ ਸਰਵਿਸ ਦੇਣਾ ਯਕੀਨ ਆ 200% ਭਾਜੀ ਤੁਹਾਨੂੰ ਲੱਗਦਾ ਵੀ ਤੁਹਾਡੇ ਵੱਲੋਂ ਕੋਈ ਕਮੀ ਆਉਣੀ ਨਹੀਂ? ਅਸੀਂ ਆਪਣੇ ਵੱਲੋਂ ਪੂਰਾ ਬੈਸਟ ਦੇ ਰਹੇ ਹਾਂ ਕਸਟਮਰ ਨੂੰ ਵੀ ਪੂਰਾ ਕੰਫਰਟ ਲੈਵਲ ਮਿਲੇ ਤਾਂ ਕਸਟਮਰ ਨੂੰ ਤਾਂ ਲੱਗੇ ਮੇਰੀ ਆਪ ਦੀ ਗੱਡੀ ਆ। ਅੱਛਾ ਦਿੱਲੀ ਏਅਰਪੋਰਟ ਤੋਂ ਮੰਨ ਲਓ ਪਿਕ ਐਂਡ ਡ੍ਰੌਪ ਦੀ ਜਿਹੜੀ ਆ ਸਰਵਿਸ ਉਹਦਾ ਕੀ ਚਾਰਜ ਆ? ਮੰਨ ਲਓ ਫੋਰ ਐਗਜ਼ਾਮਪਲ ਪੰਜਾਬ ਦਾ ਅਸੀਂ ਕੋਈ ਸੈਂਟਰ ਮੰਨ ਲਈਏ ਜਲੰਧਰ ਜਾਣਾ ਆ ਹਾਂਜੀ ਜਲੰਧਰ ਹੈ ਨਾ ਬਾਕੀ ਦੇ ਏਰੀਆ ਦੇ ਹਿਸਾਬ ਨਾਲ 2-4-500 ਦਾ ਫਰਕ ਹੋ ਸਕਦਾ ਮੰਨ ਲਓ ਦਿੱਲੀ ਏਅਰਪੋਰਟ ਤੋਂ ਚੁੱਕ ਕੇ ਜਲੰਧਰ ਜਾਣਾ ਉਹਦਾ ਕੀ ਪ੍ਰਾਈਸ ਆ? ਭਾਈ 8000 ਰੁਪਏ ਨੋਵਾ ਕ੍ਰਿਸਟਾ ਦਾ 8000 ਨੋਵਾ ਕ੍ਰਿਸਟਾ ਇਨਕਲੂਡਿੰਗ ਟੋਲਸ ਸਾਰਾ ਕੁਝ ਇਨਕਲੂਡਿੰਗ ਐਵਰੀਥਿੰਗ ਇਨਕਲੂਡ ਭਾਈ ਡਰਾਈਵਰ ਨੂੰ ਕੋਈ ਵੱਖਰੇ ਪੈਸੇ ਨਹੀਂ ਭਾਈ ਉਹ ਕਸਟਮਰ ਟਿਪ ਦੇ ਜਿਹੜਾ ਬਾਅਦ ਦੀ ਗੱਲ ਹੈ ਠੀਕ ਹੈ ਅਦਰਵਾਈਜ਼ ਨਹੀਂ ਅਦਰਵਾਈਜ਼ ਕੁਝ ਹਾਂਜੀ ਹਾਂਜੀ ਤੇ ਹੋਰ ਵੀ ਗੱਡੀਆਂ ਹੈਗੀਆਂ ਇਕੱਲੀ ਨੋਵਾ ਹੀ ਨਹੀਂ ਭਾਈ ਆਪਣੇ ਕੋਲ ਡਿਜ਼ਾਇਰ ਸਾਨਾ ਛੋਟੀ ਗੱਡੀ ਟੈਕਸੀ ਦੇ ਵਿੱਚ ਸਿੰਗਲ ਪਰਸਨ ਹੈ ਕੋਈ ਓਕੇ ਜਾਂ ਦੋ ਬੰਦੇ ਨੇ ਅੱਛਾ ਉਹ ਕਿੰਨੇ ਪੈਸੇ ਉਹਦਾ ਭਾਜੀ 5500 ਰੁਪਏ ਜਲੰਧਰ ਦਾ? ਅੱਛਾ ਜੇ ਤੁਸੀਂ ਦਿੱਲੀ ਤੋਂ ਜਲੰਧਰ ਜਾਣਾ ਸਿਰਫ 5500 ਰੁਪਏ ਮੇਰੇ ਖਿਆਲ $80-90 ਬਣਦੇ ਸਿਰਫ ਕੈਨੇਡਾ ਦੇ ਅੱਜ ਦੇ ਸਮੇਂ ਦੇ ਸੋ ਇੰਨੇ ਪੈਸੇ ਤੁਸੀਂ ਦਿੱਲੀ ਤੋਂ ਉੱਥੇ ਪਹੁੰਚ ਜਾਓ। ਹਾਂਜੀ ਹਾਂਜੀ ਐਂਡ ਮੋਰ ਓਵਰ ਜੇ ਆਰਟੀਕਲ ਵੀ ਹੈਗੀ ਆਪਣੇ ਕੋਲ ਸੈਕਿੰਡ ਆਪਸ਼ਨ ਓਕੇ ਉਹਦਾ ਆਪਣਾ 6000 ਹੈ ਉਹਦਾ 6000 ਹਾਂਜੀ ਹਾਂਜੀ ਬਿਲਕੁਲ ਠੀਕ ਹੈ ਹਮਰਾਜ ਭਾਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਰੀ ਜਾਣਕਾਰੀ ਅੱਜ ਦਿੱਤੀ ਕੋਈ ਗੱਲ ਰਹਿ ਗਈ ਦੱਸਣ ਵਾਲੀ? ਨਹੀਂ ਬਸ ਇਹੀ ਕਹਾਂਗੇ ਕਸਟਮਰ ਦੀ ਸੇਫਟੀ ਸਾਡੀ ਮੋਸਟ ਪ੍ਰਾਇੋਰਟੀ ਹੈ ਐਂਡ ਅਸੀਂ ਚਾਹੁੰਦੇ ਹਾਂ ਕਿ ਕਸਟਮਰ ਸਾਨੂੰ ਯੂਜ਼ ਕਰਨ ਸਾਡੀ ਸਰਵਿਸ ਇੱਕ ਵਾਰੀ ਐਂਡ ਜੇ ਤੁਹਾਨੂੰ ਕੋਈ ਫੀਡਬੈਕ ਲੱਗੇ ਯੂ ਮੋਰ ਦੈਨ ਵੈਲਕਮ ਟੂ ਕਾਲ ਅਸ ਸਾਨੂੰ ਕਾਲ ਕਰਕੇ ਦੱਸੋ ਓਕੇ ਅਸੀਂ ਤੁਹਾਡੇ ਲਈ ਆ। ਚਾਹੇ ਸੈਲਫ ਡਰਾਈਵਿੰਗ ਕਾਰ 1 ਦਿਨ ਲਈ ਲੈਣੀ ਹੈ ਚਾਹੇ 5 ਦਿਨ ਲਈ ਲੈਣੀ ਹੈ ਚਾਹੇ ਮਹੀਨੇ ਲਈ ਲੈਣੀ ਹੈ ਚਾਹੇ 2 ਮਹੀਨੇ ਲਈ ਤੁਹਾਨੂੰ ਮਿਲ ਜਾਊਗੀ ਹਾਂਜੀ ਅਵੇਲੇਬਿਲਟੀ ਦੇ ਹਿਸਾਬ ਨਾਲ। ਹਾਂਜੀ ਥੈਂਕ ਯੂ ਸੋ ਮਚ ਮਨਰਾਜ ਜੀ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਜੀ। ਸੋ ਇਸਨ ਸਾਡੇ ਨਾਲ ਈਗਲ ਕਾਰ ਆਈ ਰੈਂਟਲ ਤੋਂ ਮਨਰਾਜਦੀਪ ਸਿੰਘ ਹੁਣੀ ਕੰਮ ਬਹੁਤ ਵਧੀਆ ਕਿਉਂਕਿ ਕਈ ਵਾਰੀ ਇਹ ਬਹੁਤ ਵੱਡੀ ਟੈਨਸ਼ਨ ਹੁੰਦੀ ਆ ਪਰਦੇਸੀਆਂ ਦੀ ਵੀ ਜਾ ਕੇ ਗੱਡੀ ਖਰੀਦਣੀ ਆ ਗੱਡੀ ਖਰੀਦ ਕੇ ਫਿਰ ਟੱਬਰ ਨੇ ਜਾਣਾ ਆ ਸੋ ਅਸੀਂ ਕਈ ਵਾਰੀ ਰਹਿਣਾ ਉੱਥੇ 1 ਮਹੀਨਾ ਹੁੰਦਾ ਸਾਨੂੰ 15-20 ਲੱਖ 25 ਲੱਖ 10 ਲੱਖ ਆਪਣੇ ਬਜਟ ਦੇ ਹਿਸਾਬ ਨਾਲ ਲਾਉਣਾ ਪੈਂਦਾ ਸੋ ਤੁਹਾਨੂੰ ਇੰਨੇ ਪੈਸੇ ਖਰਚਣ ਦੀ ਲੋੜ ਨਹੀਂ ਰਕਮ ਇੰਨੀ ਬੰਨਣ ਦੀ ਲੋੜ ਨਹੀਂ ਫਿਰ ਪਿੱਛੋਂ ਵੀ ਧਿਆਨ ਰਹਿੰਦਾ ਕਿ ਬਈ ਸਾਡੀ ਗੱਡੀ ਦਾ ਧਿਆਨ ਕੌਣ ਰੱਖੂਗਾ ਫਿਰ ਕਦੀ ਚਾਚੇ ਤਾਏ ਨੂੰ ਫੋਨ ਕਰੀਦਾ ਕਿ ਅਸੀਂ ਕਿਸੇ ਯਾਰ ਦੋਸਤ ਨੂੰ ਬਈ ਉਹਦਾ ਤੇਲ ਪਾਣੀ ਬਦਲਾ ਦੀ ਗੱਡੀ ਗਾਂਹ ਪਰਾਂ ਕਰਾ ਦਿਓ ਸਿਆਲਾਂ 'ਚ ਗੱਡੀ ਸਟਾਰਟ ਕਰ ਦਿਓ ਕਦੀ ਉਹ ਲਾਇਬਿਲਟੀਜ਼ ਨੇ ਸੋ ਤੁਸੀਂ ਜਿਹੜੀ ਈਗਲ ਆਈ ਕਾਰ ਰੈਂਟਲ ਸਰਵਿਸਿਜ਼ ਦਾ ਇਹਨਾਂ ਦੀ ਸਰਵਿਸ ਇਸਤੇਮਾਲ ਕਰਕੇ ਦੇਖ ਸਕਦੇ ਹੋ ਠੀਕ ਲੱਗੇ ਤਾਂ ਸਾਨੂੰ ਵੀ ਫੀਡਬੈਕ ਦਿਓ ਜੇ ਨਹੀਂ ਠੀਕ ਲੱਗਦਾ ਤਾਂ ਉਹਦੀ ਫੀਡਬੈਕ ਵੀ ਸਾਡੇ ਤੱਕ ਜ਼ਰੂਰ ਸਾਂਝੀ ਕਰਿਓ ਤਾਂ ਕਿ ਅਸੀਂ ਵੀ ਭਾਈ ਪੁੱਛ ਸਕੀਏ ਵੀ ਟੀਵੀ ਦੇ 'ਤੇ ਆਹ ਗੱਲ ਕੀਤੀ ਸੀ ਗੱਲ ਖਰੀ ਕਿਉਂ ਨਹੀਂ ਉਤਰੀ। ਤੁਹਾਡਾ ਸਾਰਿਆਂ ਦਾ ਧੰਨਵਾਦ ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਵਾ ਗਿਆ ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ।